ਪੁਲਵਾਮਾ ਵਿਖੇ ਆਤੰਕੀ ਹਮਲੇ ਦੌਰਾਨ ਸ਼ਹੀਦ ਹੋਏ CRPF ਦੇ ਜਵਾਨਾਂ ਦੀ ਮਦਦ ਲਈ NRIs ਨੇ ਕਦਮ ਅੱਗੇ ਵਧਾਇਆ ਹੈ। ਕੈਨੇਡਾ ਦੇ NRIs ਵੱਲੋਂ ਇਸ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 CRPF ਦੇ ਜਵਾਨਾਂ ਦੀ ਮਦਦ ਲਈ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ NRIs ਮੁਤਾਬਕ CRPF ਦੇ ਜਵਾਨਾਂ ਨੇ ਦੇਸ਼ ਦੇ ਲਈ ਬਲੀਦਾਨ ਦਿੱਤਾ ਹੈ ਅਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਇੱਕ ਭਾਰਤਵਾਸੀ ਹੋਣ ਦੇ ਨਾਤੇ ਜਿਤਨਾ ਹੋ ਸਕੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ। ਜੋ ਇਤਨਾ ਬੜਾ ਹਮਲਾ ਹੁਆ ਹਮਾਰੇ 40 ਜਵਾਨ ਜਿਸਮੇ ਮਾਰੇ ਗਏ, ਜਿਸਮੇ ਸੇ 4 ਜਵਾਨ ਪੰਜਾਬ ਕੇ ਥੇ, ਹਮ ਉਨਸੇ ਦੁੱਖ ਬਾਂਟੇਂਗੇ ਔਰ 24 ਔਰ 25 ਤਾਰੀਖ ਕੋ 1-1 ਲੱਖ ਰੁਪਏ ਕੀ ਰਾਸ਼ੀ ਹਮ ਸ਼ਹੀਦ ਪਰਿਵਾਰੋਂ ਕੇ ਘਰ ਪਰ ਉਨਕੋ ਡਰਾਫਟ ਕੇ ਰੂਮ ਮੇਂ ਦੇ ਕੇ ਆਏਂਗੇ ਔਰ ਉਨਸੇ ਦੁੱਖ ਸਾਂਝਾ ਕਰੇਂਗੇ, ਕਿਉਂਕਿ ਯੇ ਜੋ ਯੇ ਮਤਲਬ ਨੁਕਸਾਨ ਹੁਆ ਹੈ, ਜੋ ਪਰਿਵਾਰੋਂ ਕਾ ਨੁਕਸਾਨ ਹੈ, ਵੋ ਤੋ ਕੋਈ ਵੀ ਬਰ ਨਹੀਂ ਸਕਤਾ। ਤੋ ਲੇਕਿਨ ਸਿਰਫ ਇੱਕ ਹਮਾਰਾ ਛੋਟਾ ਸਾ ਉਪਰਾਲਾ ਹੈ, ਮੈਂ ਕੈਨੇਡਾ ਸੇ ਯਹਾਂ ਆਇਆ ਹੁਆ ਥਾ ਤੋ ਮੈਨੇ ਸੋਚਾ ਕਿ ਜੋ ਹਮ ਯਹਾਂ ਹਰ ਸਾਲ ਟੂਰਨਾਮੈਂਟ ਪਰ ਫਜ਼ੂਲ ਖਰਚੀ ਕਰਤੇ ਹੈ ਜਾਂ ਇਤਨੀ ਲੱਖੋਂ ਮੇਂ ਰਾਸ਼ੀ ਖਰਚ ਕਰਤੇ ਹੈ, ਉਸਕੀ ਜਗ੍ਹਾ ਇਸ ਵਾਰ ਹਮ ਸ਼ਹੀਦ ਪਰਿਵਾਰੋਂ ਕੇ ਸਾਥ ਡਟ ਕਰ ਖੜੇ, ਕਿਉਂਕਿ ਦੇਸ਼ ਕੇ ਉੱਪਰ ਕੁਛ ਨਹੀਂ ਹੈ। ਮੈਂ ਇਸ ਬਾਤ ਮੈਂ ਗਰਵ ਮਹਿਸੂਸ ਕਰਤਾ ਹੂੰ ਕਿ ਮੈਂ ਸਭਸੇ ਪਹਿਲੇ ਇੱਕ ਭਾਰਤੀ ਨਾਗਰਿਕ। ਉਹਨਾਂ ਹੋਰ NRI ਭਰਾਵਾਂ ਤੋਂ ਵੀ CRPF ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਵੱਧ ਚੜ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਮੈਂ ਕੈਨੇਡਾ ਔਰ ਅਮੈਰੀਕਾ ਮੇਂ ਜੋ ਹਮਾਰੇ ਭਾਈ ਹੈ, ਬਿਜ਼ਨਸਮੈਨ ਕਮਿਊਨਿਟੀ ਹੈ, ਹਮਾਰੇ ਸ਼ਹਿਰ ਐਡਮਿੰਟਨ ਕੀ, ਮੈਂ ਉਨਸੇ ਵੀ ਅਪੀਲ ਕਰਤਾ ਹੂੰ ਕਿ ਇਸ ਸਮੇਂ ਮੇਂ ਵੋ ਆਗੇ ਆਏ। ਜ਼ਰੂਰੀ ਨਹੀਂ ਹੈ ਕਿ ਕੋਈ ਬੜੀ ਰਕਮ ਵੋ ਖਰਚੇ, ਤੋ ਜੋ ਵੀ ਉਨਕੀ ਇੱਛਾ ਹੈ, ਲੇਕਿਨ ਇੱਕ ਸਾਥ ਜ਼ਰੂਰ ਦੇਣਾ। ਮੇਰੇ ਮਨ ਕੋ ਤੋ ਬਹੁਤ ਬੜੀ ਸੰਤੁਸ਼ਟੀ ਹੈ ਇਸ ਬਾਤ ਕੀ ਕਿ ਮੈਨੇ ਆਪਣੀ ਨੇਕ ਕਮਾਈ ਮੇਂ ਸੇ ਕੋਈ ਨਾ ਕੋਈ ਯੋਗਦਾਨ ਯੇ ਇਸ ਚੀਜ਼ ਮੇਂ ਡਾਲਾ ਹੈ। ਤੋ ਮੈਂ ਸਭ ਕੋ ਯਹੀ ਅਪੀਲ ਕਰਤਾ ਹੂੰ ਕਿ ਆਓ ਹਮਾਰੇ ਦੇਸ਼ ਹਿੰਦੁਸਤਾਨ ਕੇ ਸਾਥ ਹਮ ਖੜੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।